ਇਹ ਫਿਸ਼ਟੇਲ ਬੋਟ ਰੈਡੀਮੇਡ ਖਿਡੌਣਾ ਹੈ ਜਿਸ ਨੂੰ ਸਾਡੇ ਲਈ ਉਪਲਬਧ ਪੁਣੇ ਯੂਨੀਵਰਸਿਟੀ ਦੇ ਫਿਜ਼ਿਕਸ ਡਿਪਾਰਟਮੈਂਟ ਨੇ ਕਰਵਾਇਆ ਹੈ ਅਤੇ ਡਿਜ਼ਾਈਨ ਇਸ ਨੂੰ ਐਲਜੀ ਕੋਰੀਆ ਨੇ ਕੀਤਾ ਅਤੇ ਇਹ ਬਹੁਤ ਵਧੀਆ ਡਿਜ਼ਾਈਨ ਹੈ। ਤੁਸੀਂ ਦੇਖ ਸਕਦੇ ਹੋ ਸ਼ਾਫਟ ਨਾਲ ਮੋਟਰ ਅਤੇ ਸਵਿੱਚ ਜੁੜਿਆ ਹੋਇਆ ਹੈ। ਮੋਟਰ ਚੱਲਦੀ ਹੈ ਜਦ ਸਵਿੱਚ ਔਨ ਹੁੰਦਾ ਹੈ। ਕਿਸ਼ਤੀ ਦੇ ਨੀਚਲੇ ਹਿੱਸੇ ਵਿੱਚ ਮੋਟਰ ਅਤੇ ਬੈਟਰੀ ਨੂੰ ਆਪਣੀ ਮਿੱਥੀ ਹੋਈ ਜਗ੍ਹਾ 'ਤੇ ਲਗਾ ਦਿਓ। ਬੈਟਰੀ ਦੇ ਉੱਪਰ ਸਵਿੱਚ ਲਗਾਓ ਤਾਂ ਜੋ ਕਰੰਟ ਸੀਰੀਜ਼ ਵਿੱਚ ਆਏ ਅਤੇ ਬੈਟਰੀ ਦੇ ਮੋਟਰ ਨਾਲ ਇਸ ਜੋੜੋ। ਹੁਣ ਉੱਪਰਲਾ ਅਤੇ ਥੱਲੜੇ ਵਾਲੇ ਹਿੱਸੇ ਕਿਸ਼ਤੀ ਦੇ ਦੋਨੋਂ ਹਿੱਸਿਆਂ ਹਾਫ ਨੂੰ ਜੋੜ ਦੇਵੋ। ਮੋਟਰ ਸ਼ੈਫਟ ਜ਼ੈੱਡ ਆਕਾਰ ਦੇ ਨੌਚ ਕ੍ਰੈਂਕ ਹੋਣ ਕਰਕੇ ਦੋਵੇਂ ਹਿੱਸਿਆਂ ਨੂੰ ਜੋੜ ਪਾਏਗਾ। ਇਹ ਸਵਿੱਚ ਔਨ ਹੁੰਦਿਆਂ ਹੀ ਔਨ ਹੋ ਜਾਏਗਾ। ਹੁਣ ਰਡਾਰ ਡਬਲ ਕ੍ਰੈਂਕ ਵਾਲਾ ਇੱਕ ਲਗਾਓ। ਇਸ ਦੇ ਦੋ ਕ੍ਰੈਂਕ ਜੋ ਰਾਈਟ ਐਂਗਲ 'ਤੇ ਨੇ, ਹੁਣ ਦੋ ਕ੍ਰੈਂਕ ਨੂੰ ਜੋੜ ਦਿਓ ਦੋ ਪਲਾਸਟਿਕ ਪਲੇਟ ਦੇ ਨਾਲ। ਇਸ ਪਲੇਟ ਨੂੰ ਆਪਣੀ ਜਗ੍ਹਾ 'ਤੇ ਟਿੱਕੇ ਰਹਿਣ ਲਈ ਲੋਕਿੰਗ ਬੀਡਸ ਵੀ ਰੱਖੋ ਅਤੇ ਹੁਣ ਅਖੀਰ ਵਿੱਚ ਰਡਾਰ ਵੀ ਰੱਖੋ। ਜਦ ਮੋਟਰ ਔਨ ਹੋਏਗੀ ਰਡਾਰ ਆਪਣੀ ਜਗ੍ਹਾ 'ਤੇ ਵਾਈਬ੍ਰੇਟ ਕਰੇਗਾ। ਹੁਣ ਬੋਟ ਦੇ ਪਾਣੀ 'ਤੇ ਰੱਖੋ ਅਤੇ ਮੋਟਰ ਚਲਾ ਦਿਓ। ਰਡਾਰ ਵਾਈਬ੍ਰੇਟ ਕਰੇਗਾ, ਪਾਣੀ ਨੂੰ ਸਾਈਡ 'ਤੇ ਕਰੇਗਾ, ਕਿਸ਼ਤੀ ਅੱਗੇ ਵਧੇਗੀ। ਹੁਣ ਤੁਸੀਂ ਇਸ ਕਿਸ਼ਤੀ ਦਾ ਫਕ ਫਕ ਆਵਾਜ਼ ਦਾ ਆਨੰਦ ਮਾਣ ਸਕਦੇ ਹੋ। ਇਹ ਬਹੁਤ ਖੂਬਸੂਰਤ ਲੱਗਦੀ ਹੈ।